ਪ੍ਰੇਮੀ ਜੋੜੇ ਨੇ ਘਰੋਂ ਭੱਜ ਕੇ ਲਵ ਮੈਰਿਜ ਕਰਵਾਈ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਦੀ ਭੈਣ ਦੇ ਨਾਲ ਗੈਂਗ ਰੇਪ ਕੀਤਾ। ਉਹ ਭੈਣ ਜੋ ਕਿ ਸ਼ਾਦੀਸ਼ੁਦਾ ਸੀ, ਉਸਦੇ ਘਰ ਦੇ ਵਿੱਚ ਵੜ ਕੇ ਗੈਂਗ ਰੇਪ ਕੀਤਾ ਗਿਆ। ਦੱਸਦੇ ਕਿ ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਲੁਧਿਆਣਾ ਆਏ ਸੀ, ਜਿਨ੍ਹਾਂ ਨੇ ਮਹਿਲਾ ਦੇ ਨਾਲ ਗੈਂਗ ਰੇਪ ਕੀਤਾ ਔਰ ਗੈਂਗ ਰੇਪ ਵੇਲੇ ਇਹਨਾਂ ਮੁਲਜ਼ਮਾਂ ਦੇ ਵੱਲੋਂ ਵੀਡੀਓ ਵੀ ਬਣਾਇਆ ਗਿਆ। ਸੀਨੀਅਰ ਪੁਲਿਸ ਅਫਸਰ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਟੀਮਾਂ ਭੇਜੀਆਂ ਗਈਆਂ ਨੇ। ਹਾਲਾਂਕਿ ਇਹ ਮਾਮਲਾ 8 ਮਹੀਨੇ ਬਾਅਦ ਦਰਜ ਕਰਵਾਇਆ ਗਿਆ ਹੈ, ਇਸ ਕਰਕੇ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬੀਤੇ ਦਿਨ ਇਹ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ, ਜਿੱਥੇ ਇੱਕ ਪਰਿਵਾਰ ਦੇ 4 ਲੋਕਾਂ ਨੇ ਵਿਆਹਤਾ ਦੇ ਘਰ ਵਿੱਚ ਵੜ ਕੇ ਉਸਦੇ ਨਾਲ ਕਥਿਤ ਤੌਰ 'ਤੇ ਗੈਂਗ ਰੇਪ ਕੀਤਾ ਸੀ, ਕਿਉਂਕਿ ਮਹਿਲਾ ਦੇ ਭਰਾ ਨੇ ਆਰੋਪੀ ਦੀ ਬੇਟੀ ਦੇ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ। ਉਸੇ ਦੀ ਖੁੰਦਕ ਨੂੰ ਲੈ ਕੇ ਮੁੰਡੇ ਦੀ ਭੈਣ ਦੇ ਨਾਲ ਗੈਂਗ ਰੇਪ ਕੀਤਾ ਗਿਆ ਔਰ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ। ਜਿਹਦੇ ਵਿੱਚ ਉਹਨਾਂ ਨੇ 9 ਅਗਸਤ ਨੂੰ ਕੰਪਲੇਂਟ ਥਾਣਾ ਟਿੱਬਾ 'ਚ ਦਿੱਤੀ ਹੈ। ਕੰਪਲੇਂਟ ਦੇ ਵਿੱਚ ਜਿਹੜੇ ਉਹਨਾਂ ਨੇ ਇੱਕ ਐਲੀਗੇਸ਼ਨ ਲਾਇਆ ਸੀ ਵੀ ਮੇਰੇ ਨਾਲ ਗੈਂਗ ਰੇਪ ਹੋਇਆ, ਬਟ ਉਹਨਾਂ ਨੇ ਜਿਹੜਾ ਵਕੂਆ ਉਹ 2 ਮਈ 2023 ਦਾ ਦੱਸਿਆ। ਤਾਂ ਉਹਨਾਂ ਨੇ ਉਹਨਾਂ ਨੂੰ ਪੁੱਛਣ 'ਤੇ ਵੀ ਇਹ ਕਾਫੀ ਜਿਹੜਾ ਚਿਰਬਾ ਕਾਫੀ ਸਮਾਂ ਪਾ ਕੇ ਜਿਹੜਾ ਇਹ ਦਰਖਾਸਤ ਦਿੱਤੀ ਹੈ, ਬਟ ਸਾਡੇ ਕੋਲ 8 ਤਰੀਕ ਨੂੰ ਦਰਖਾਸਤ ਜਦੋਂ ਆਉਂਦੀ ਹੈ, ਅਸੀਂ 9 ਤਰੀਕ ਨੂੰ ਉਹਦੇ ਵਿੱਚ ਮੁਕੱਦਮਾ ਨੰਬਰ 22 ਗੈਂਗ ਰੇਪ ਦਾ ਜਿਹੜਾ ਅਸੀਂ ਮੁਕੱਦਮਾ ਥਾਣਾ ਟਿੱਬੇ ਦੇ ਵਿੱਚ ਦਰਜ ਕੀਤਾ। ਦਰਜ ਕਰਕੇ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ, ਬਹੁਤ ਸਾਰੀਆਂ ਗੱਲਾਂ ਵੈਰੀਫਾਈ ਕਰਨ ਵਾਲੀਆਂ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਾਡੀਆਂ ਟੀਮਸ ਜਿਹੜੀਆਂ, ਕਿਉਂਕਿ ਇਹ ਜਿਹਨਾਂ 'ਤੇ ਐਲੀਗੇਸ਼ਨ ਲਾਇਆ ਉਹ ਬੰਦੇ ਯੂਪੀ ਦੇ ਦੱਸੇ ਗਏ, ਤਾਂ ਸਾਡੀ ਟੀਮਸ ਗਈਆਂ, ਅਸੀਂ ਜਲਦ ਅਰੈਸਟ ਕਰਕੇ ਅਗਲੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਫੇਅਰ ਕੀ ਹੈ ਉਹ ਉਸ ਗੱਲ ਦਾ ਫਿਰ ਤੁਹਾਨੂੰ ਅਗਲਾ ਦੱਸਾਂ। ਪ੍ਰੇਮੀ ਜੋੜੇ ਨੇ ਘਰੋਂ ਭੱਜ ਕੇ ਲਵ ਮੈਰਿਜ ਕਰਵਾਈ, ਜਿਸ ਤੋਂ ਬਾਅਦ ਕੁੜੀ ਦੇ ਪਰਿਵਾਰ ਵਾਲਿਆਂ ਨੇ ਮੁੰਡੇ ਦੀ ਭੈਣ ਦੇ ਨਾਲ ਗੈਂਗ ਰੇਪ ਕੀਤਾ। ਉਹ ਭੈਣ ਜੋ ਕਿ ਸ਼ਾਦੀਸ਼ੁਦਾ ਸੀ, ਉਸਦੇ ਘਰ ਦੇ ਵਿੱਚ ਵੜ ਕੇ ਗੈਂਗ ਰੇਪ ਕੀਤਾ ਗਿਆ। ਦੱਸਦੇ ਕਿ ਮੁਲਜ਼ਮ ਉੱਤਰ ਪ੍ਰਦੇਸ਼ ਤੋਂ ਲੁਧਿਆਣਾ ਆਏ ਸੀ, ਜਿਨ੍ਹਾਂ ਨੇ ਮਹਿਲਾ ਦੇ ਨਾਲ ਗੈਂਗ ਰੇਪ ਕੀਤਾ ਔਰ ਗੈਂਗ ਰੇਪ ਵੇਲੇ ਇਹਨਾਂ ਮੁਲਜ਼ਮਾਂ ਦੇ ਵੱਲੋਂ ਵੀਡੀਓ ਵੀ ਬਣਾਇਆ ਗਿਆ। ਸੀਨੀਅਰ ਪੁਲਿਸ ਅਫਸਰ ਨੇ ਦੱਸਿਆ ਕਿ ਉੱਤਰ ਪ੍ਰਦੇਸ਼ ਦੇ ਵਿੱਚ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਨ ਦੇ ਲਈ ਟੀਮਾਂ ਭੇਜੀਆਂ ਗਈਆਂ ਨੇ। ਹਾਲਾਂਕਿ ਇਹ ਮਾਮਲਾ 8 ਮਹੀਨੇ ਬਾਅਦ ਦਰਜ ਕਰਵਾਇਆ ਗਿਆ ਹੈ, ਇਸ ਕਰਕੇ ਇਸ ਮਾਮਲੇ ਦੀ ਹਰ ਐਂਗਲ ਤੋਂ ਜਾਂਚ ਪੜਤਾਲ ਕੀਤੀ ਜਾ ਰਹੀ ਹੈ। ਬੀਤੇ ਦਿਨ ਇਹ ਹੈਰਾਨ ਕਰ ਦੇਣ ਵਾਲੀ ਘਟਨਾ ਸਾਹਮਣੇ ਆਈ ਸੀ, ਜਿੱਥੇ ਇੱਕ ਪਰਿਵਾਰ ਦੇ 4 ਲੋਕਾਂ ਨੇ ਵਿਆਹਤਾ ਦੇ ਘਰ ਵਿੱਚ ਵੜ ਕੇ ਉਸਦੇ ਨਾਲ ਕਥਿਤ ਤੌਰ 'ਤੇ ਗੈਂਗ ਰੇਪ ਕੀਤਾ ਸੀ, ਕਿਉਂਕਿ ਮਹਿਲਾ ਦੇ ਭਰਾ ਨੇ ਆਰੋਪੀ ਦੀ ਬੇਟੀ ਦੇ ਨਾਲ ਘਰੋਂ ਭੱਜ ਕੇ ਵਿਆਹ ਕਰਵਾਇਆ ਸੀ। ਉਸੇ ਦੀ ਖੁੰਦਕ ਨੂੰ ਲੈ ਕੇ ਮੁੰਡੇ ਦੀ ਭੈਣ ਦੇ ਨਾਲ ਗੈਂਗ ਰੇਪ ਕੀਤਾ ਗਿਆ ਔਰ ਪੁਲਿਸ ਦੇ ਵੱਲੋਂ ਮਾਮਲਾ ਦਰਜ ਕਰਕੇ ਇਸ ਮਾਮਲੇ ਦੀ ਪੜਤਾਲ ਸ਼ੁਰੂ ਕੀਤੀ ਗਈ। ਜਿਹਦੇ ਵਿੱਚ ਉਹਨਾਂ ਨੇ 9 ਅਗਸਤ ਨੂੰ ਕੰਪਲੇਂਟ ਥਾਣਾ ਟਿੱਬਾ 'ਚ ਦਿੱਤੀ ਹੈ। ਕੰਪਲੇਂਟ ਦੇ ਵਿੱਚ ਜਿਹੜੇ ਉਹਨਾਂ ਨੇ ਇੱਕ ਐਲੀਗੇਸ਼ਨ ਲਾਇਆ ਸੀ ਵੀ ਮੇਰੇ ਨਾਲ ਗੈਂਗ ਰੇਪ ਹੋਇਆ, ਬਟ ਉਹਨਾਂ ਨੇ ਜਿਹੜਾ ਵਕੂਆ ਉਹ 2 ਮਈ 2023 ਦਾ ਦੱਸਿਆ। ਤਾਂ ਉਹਨਾਂ ਨੇ ਉਹਨਾਂ ਨੂੰ ਪੁੱਛਣ 'ਤੇ ਵੀ ਇਹ ਕਾਫੀ ਜਿਹੜਾ ਚਿਰਬਾ ਕਾਫੀ ਸਮਾਂ ਪਾ ਕੇ ਜਿਹੜਾ ਇਹ ਦਰਖਾਸਤ ਦਿੱਤੀ ਹੈ, ਬਟ ਸਾਡੇ ਕੋਲ 8 ਤਰੀਕ ਨੂੰ ਦਰਖਾਸਤ ਜਦੋਂ ਆਉਂਦੀ ਹੈ, ਅਸੀਂ 9 ਤਰੀਕ ਨੂੰ ਉਹਦੇ ਵਿੱਚ ਮੁਕੱਦਮਾ ਨੰਬਰ 22 ਗੈਂਗ ਰੇਪ ਦਾ ਜਿਹੜਾ ਅਸੀਂ ਮੁਕੱਦਮਾ ਥਾਣਾ ਟਿੱਬੇ ਦੇ ਵਿੱਚ ਦਰਜ ਕੀਤਾ। ਦਰਜ ਕਰਕੇ ਹਜੇ ਪਾਰਟ ਆਫ ਇਨਵੈਸਟੀਗੇਸ਼ਨ ਆ, ਬਹੁਤ ਸਾਰੀਆਂ ਗੱਲਾਂ ਵੈਰੀਫਾਈ ਕਰਨ ਵਾਲੀਆਂ, ਇਨਵੈਸਟੀਗੇਸ਼ਨ ਚੱਲ ਰਹੀ ਹੈ। ਸਾਡੀਆਂ ਟੀਮਸ ਜਿਹੜੀਆਂ, ਕਿਉਂਕਿ ਇਹ ਜਿਹਨਾਂ 'ਤੇ ਐਲੀਗੇਸ਼ਨ ਲਾਇਆ ਉਹ ਬੰਦੇ ਯੂਪੀ ਦੇ ਦੱਸੇ ਗਏ,
ਤਾਂ ਸਾਡੀ ਟੀਮਸ ਗਈਆਂ, ਅਸੀਂ ਜਲਦ ਅਰੈਸਟ ਕਰਕੇ ਅਗਲੀ ਜਿਹੜੀ ਫਰਦਰ ਇਨਵੈਸਟੀਗੇਸ਼ਨ ਫੇਅਰ ਕੀ ਹੈ ਉਹ ਉਸ ਗੱਲ ਦਾ ਫਿਰ ਤੁਹਾਨੂੰ ਅਗਲਾ ਦੱਸਾਂਗੇ।